ਜੀ ਤੁਹਾਡਾ ਲੋਨ ਲਿਆ ਹੋਇਆ ਜੀ ਹਾਂਜੀ ਲਿਆ ਹੋਇਆ ਜੀ ਹਾਂਜੀ ਕੀਵਾ ਕਰਦੇ ਹੋ ਅਸੀਂ ਦਿਹਾੜੀਦਾਰ ਹਾਂ ਜੀ ਮਜ਼ਦੂਰੀ ਕਰਦੇ ਹਾਂ ਨਹੀਂ ਕੰਮ ਦੀ ਗੱਲ ਮੀਨੂ ਵਰਮਾ ਸਰ ਕੀ ਹੋਇਆ ਜੀ ਸਰ ਕਿਸ਼ਤਾਂ ਲੈਣ ਪਿੱਛੇ ਦਲੀਲ ਕਰ ਰਹੇ ਨੇ ਘਰ ਆ ਕੇ ਤੰਗ ਪਰੇਸ਼ਾਨ ਕਰ ਰਹੇ ਨੇ ਕਿ ਕਿਸ਼ਤਾਂ ਦਿਓ ਕੌਣ ਜੀ ਕਿਸ਼ਤਾਂ ਵਾਲੇ ਸਰ ਕੌਣ ਨੇ ਕਿਸ਼ਤਾਂ ਰਾਏਕੋਟ ਸੈਟਿੰਗ ਕੰਪਨੀ ਵਾਲੇ ਸਰ ਹਾਂਜੀ ਸਰ ਕੰਮ ਚੱਲ ਨਹੀਂ ਰਹੇ ਲੋਕਡਾਊਨ ਹੋਇਆ ਹੋਇਆ ਘਰਾਂ 'ਚ ਆਟੇ ਮੁੱਕੇ ਹੋਏ ਨੇ ਇਹ ਕਿਸ਼ਤਾਂ ਮੰਗ ਰਹੇ ਨੇ ਦੱਸੋ ਜੀ ਕਿੱਥੋਂ ਦਈਏ ਕਿਸ਼ਤਾਂ ਪਰੇਸ਼ਾਨ ਕਰ ਰਹੇ ਨੇ ਕਿ ਆ ਕੇ ਵੀ ਕਿਸ਼ਤਾਂ ਕਰੋ ਸਾਡੇ ਪੂਰੇ ਹੱਲ ਸਾਡਾ ਕਰਜ਼ਾ ਮਾਫ਼ ਕੀਤਾ ਜਾਵੇ ਹੋਰਾਂ ਦਾ ਕੀਤਾ ਤਾਂ ਸਾਡਾ ਵੀ ਕੀਤਾ ਜਾਵੇ ਤੰਗ ਪਰੇਸ਼ਾਨੀ ਬੰਦ ਕੀਤੀ ਜਾਵੇ ਦਾ ਬਹੁਤ ਧੰਨਵਾਦ ਜਿਹੜੀਆਂ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਆਪਣੇ ਹੱਕ ਦੀ ਲੜਾਈ ਲੜਨ ਇੱਥੇ ਪਹੁੰਚੀਆਂ ਨੇ ਅਤੇ ਮੈਂ ADC ਸਾਹਿਬ ਨੂੰ ਕਹਿਣਾ ਚਾਹੁੰਦੀ ਹਾਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਮਾਈਕਰੋ ਫਾਈਨੈਂਸ ਕੰਪਨੀਆਂ ਨੇ ਉਹ ਸਾਨੂੰ ਕਿਸ਼ਤਾਂ ਲਈ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੀਆਂ ਨੇ ਅਸੀਂ ਉਹਨਾਂ ਅੱਗੇ ਇਹ ਬੇਨਤੀ ਕੀਤੀ ਆ ਵੀ ਸਾਨੂੰ ਕੋਈ ਸਮਾਂ ਦਿੱਤਾ ਜਾਵੇ ਉਹਨਾਂ ਨੇ ਸਮਾਂ ਵੀ ਨਹੀਂ ਦਿੱਤਾ ਉਹ ਬਲਕਿ ਸਾਨੂੰ ਧਮਕੀ ਦਿੰਦੀਆਂ ਨੇ ਆ ਕੇ ਡਰਾ ਲੈਂਦੇ ਨੇ ਜੀ ਅਸੀਂ ਸਿਲੰਡਰ ਚੱਕਾਂਗੇ ਅਸੀਂ ਆਹ ਕਰਾਂਗੇ ਤੁਹਾਨੂੰ ਡਿਫਾਲਟਰ ਪਾਵਾਂਗੇ ਵਾਹ ਕਰਾਂਗੇ ਸਾਡੀ ਵਿਧੀ ਸਾਹਿਬ ਅੱਗੇ ਬੇਨਤੀ ਆ ਵੀ ਸਾਡਾ 25 ਤੋਂ ਲੈ ਕੇ 50,000 ਤੱਕ ਲੱਖ ਤੱਕ ਦਾ ਹੀ ਕਰਜ਼ਾ ਉਹ ਜੋ ਵੀ ਪੈਣਾ ਦਾ ਹੈਗਾ ਮਾਫ਼ ਕੀਤਾ ਜਾਵੇ ਸਾਡਾ ਲੋਨ ਲਿਆ ਹੋਇਆ ਜੀ ਅਸੀਂ ਦੇਖੋ ਕਿਸ਼ਤਾਂ ਭਰ ਨਹੀਂ ਸਕਦੇ ਹੈਗੇ ਸਾਡੇ ਤਾਂ ਆਪ ਹੀ ਬੱਚੇ ਭੁੱਖੇ ਮਰ ਰਹੇ ਨੇ ਅਤੇ ਕਿਸ਼ਤਾਂ ਵਾਲੇ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਅਸੀਂ ਕਿਸ਼ਤਾਂ ਨਹੀਂ ਹਜੇ ਦੇ ਸਕਦੇ ਹੈਗੇ ਕਿਉਂਕਿ ਅਸੀਂ ਕਿਹਾ ਵੀ ਲੋਕਡਾਊਨ ਆ ਉਹ ਕਹਿੰਦੇ ਵਧੀਆ ਕੰਮ ਕਾਰ ਚੱਲ ਰਹੇ ਨੇ ਕਹਿੰਦੇ ਪਿੰਡਾਂ 'ਚ ਵੀ ਲੋਕਡਾਊਨ ਕਾਹਦਾ ਹੈ ਲੋਕਡਾਊਨ ਖੁੱਲ੍ਹ ਚੁੱਕਿਆ ਆ ਦੇਖੋ ਸਾਡੇ ਘਰਾਂ 'ਚ ਆ ਕੇ ਬੇਸ਼ੱਕ ਦੀ ਸਾਡੀ ਤਹਿਕੀਕਾਤ ਕੀਤੀ ਜਾਵੇ ਸਾਡਾ ਪਤਾ ਕੀਤਾ ਜਾਵੇ ਅਸੀਂ ਮਜ਼ਦੂਰੀ ਕਰਕੇ ਰੋਟੀ ਖਾਣ ਵਾਲੇ ਹਾਂ ਸਾਡੇ ਕੋਲ ਹਜੇ ਕੋਈ ਗੁਜਾਇਸ਼ ਨਹੀਂ ਹੈਗੀ ਅਸੀਂ ਕੁਛ ਭਰ ਨਹੀਂ ਸਕਦੇ ਅਸੀਂ ਮੰਗ ਇਹ ਕਰਦੇ ਹਾਂ ਜੀ ਵੀ ਸਾਡਾ ਇਹ ਜਿਹੜੇ ਲੋਨ ਲਏ ਹੋਏ ਨੇ ਸਾਡੇ ਕਿਰਪਾ ਕਰਕੇ ਮਾਫ਼ ਕੀਤੇ ਜਾਣਗੇ ਆਪਣੇ ਕੰਮ ਕਾਰ ਛੱਡ ਕੇ ਇੱਥੇ ਅੱਜ ਇਸ ਧਰਨੇ ਦੇ ਵਿੱਚ ਪਹੁੰਚੀਆਂ ਨੇ ਮੇਰੀ ਇਹੀ ਬੇਨਤੀ ਹੈ DC ਸਾਹਿਬ ਨੂੰ ਕਿ ਜੋ ਵੀ ਲੋਨ ਲਏ ਗਏ ਨੇ ਗੇ ਗਰੀਬ ਬੰਦਿਆਂ ਦੇ ਚਾਹੇ ਅਮੀਰ ਨੇ ਚਾਹੇ ਗਰੀਬ ਨੇ ਕਿਸੇ ਦੇ ਵੀ ਲੋਨ ਲਏ ਗਏ ਨੇ 3 ਮੰਥ ਹੋ ਗਏ ਕਿਸੇ ਦਾ ਕੰਮ ਹੀ ਨਹੀਂ ਚੱਲ ਰਿਹਾ ਕਿੱਥੋਂ ਕਿਸ਼ਤਾਂ ਭਰਨਗੇ ਆ ਕੇ ਜੋ ਵੀ ਪ੍ਰਾਈਵੇਟ ਕੰਪਨੀ ਵਾਲੇ ਨੇ ਗੇ ਜੋ ਵੀ ਕੰਪਨੀ ਵਾਲੇ ਕਿਸੇ ਜੋ ਵੀ ਕਰਜ਼ਾ ਚੱਕਿਆ ਹੋਇਆ ਆ ਕੇ ਘਰਾਂ ਦੇ ਵਿੱਚ ਤੰਗ ਕਰਦੇ ਨੇ ਅਸੀਂ ਆਹ ਕੁਛ ਕਰਾਂਗੇ ਅਸੀਂ ਤੁਹਾਡੇ ਚੈੱਕ ਲਾ ਦਾਂਗੇ ਅਸੀਂ ਤੁਹਾਡੇ ਘਰ ਦਾ ਆਹ ਕੁਛ ਕਰ ਦਾਂਗੇ ਤੁਹਾਡੇ ਘਰ ਨੂੰ ਲੋਕ ਲਾ ਦਾਂਗੇ ਇਹ ਤਾਂ ਦੱਸੋ ਵੀ ਪਹਿਲਾਂ ਲੋਨ ਭਰਨਗੇ ਕਿੱਥੋਂ ਸਾਰੇ ਮੈਂਬਰ ਕੋਈ ਸਾਨੂੰ ਰੀਜਨ ਦੇਣ DC ਸਾਹਿਬ ਦੱਸਣ ਵੀ ਤੁਸੀਂ ਇੱਥੋਂ ਲੋਨ ਭਰੋ ਜਾਂ ਐਂ ਕਰੋ ਜਾਂ ਜੋ ਕਰੋ ਉੱਥੋਂ ਭਰ ਦੇਣਗੇ DC ਸਾਹਿਬ ਸਾਡੀ ਸੁਣੀ ਨਹੀਂ ਰਹੇ ਚਾਰ ਗਿਰੀ ਆ ਕੇ ਮੁੜ ਕੇ DC ਸਾਹਿਬ ਕਹਿੰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਦਾ ਕੀ ਮਤਲਬ ਹੋਇਆ ਸਾਨੂੰ ਮੈਂਬਰਾਂ ਨੂੰ ਦੱਸਣ ਵੀ ਤੁਸੀਂ ਗਰੀਬ ਬੰਦੇ ਹੋ ਕਿੱਥੋਂ ਕਰਨ ਜਾਂ ਫਿਰ ਕੰਪਨੀ ਵਾਲਿਆਂ ਨੂੰ ਕਹਿਣ ਜਾਂ ਤੁਸੀਂ ਚੁੱਪ ਕਰਕੇ ਬੈਠੋ ਇੰਨਾ ਟਾਈਮ ਦਾ ਮੌਕੇ ਦਾ ਟਾਈਮ ਦੇਣ ਜਾਂ ਮਾਫ਼ੀ ਕਰ ਦੇਣ ਲੋਨ ਦੱਸੋ ਸਰ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਇਹ ਲੋਨ ਮਾਫ਼ ਕੀਤਾ ਜਾਵੇ ਕਰਜ਼ਾ ਜੋ ਵੀ ਹੈ ਕਿਸੇ ਵੀ ਬੰਦੇ ਦਾ ਕਰਜ਼ਾ ਚੱਕਿਆ ਹੋਇਆ 1 ਲੱਖ ਤੱਕ 1.5 ਲੱਖ ਤੱਕ ਇਹ ਮਾਫ਼ ਕੀਤਾ ਜਾਵੇ ਕਰਜ਼ਾ ਕਿਉਂਕਿ ਪਿੰਡਾਂ ਦੇ ਵਿੱਚ ਮੌਤਾਂ ਹੋਈ ਜਾ ਰਹੀਆਂ ਨੇ ਜੋ ਪ੍ਰਾਈਵੇਟ ਕੰਪਨੀ ਵਾਲੇ ਆ ਕੇ ਲੋਨ ਮੰਗ ਰਹੇ ਨੇ ਅਤੇ ਔਰਤਾਂ ਨੇ ਗੀਆਂ ਜੋ ਅਟੈਕ ਆਈ ਜਾ ਰਹੇ ਨੇ ਟੈਨਸ਼ਨਾਂ ਲਈ ਜਾ ਰਹੀਆਂ ਅਟੈਕ ਆਈ ਜਾ ਰਹੇ ਕਿ DC ਸਾਹਿਬ ਇਸ ਜੋ ਮੌਤਾਂ ਹੋ ਰਹੀਆਂ ਨੇ ਘਰ ਦੇ ਵਿੱਚ ਪਰਿਵਾਰ ਦਾ ਪੂਰਾ ਮੈਂਬਰ ਦੇ ਦੇਣਗੀਆਂ ਵਾਪਸ ਕਿਉਂ ਨਹੀਂ DC ਸਾਹਿਬ ਸਾਡੀ ਸੁਣ ਰਹੇ ਕੰਪਨੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਤੋਂ ਪੁੱਛਿਆ ਜਾਵੇ ਪੈਸਾ ਕਿੱਥੋਂ ਆ ਰਿਹਾ ਗਾ ਸਾਨੂੰ ਇਹੀ ਸਾਡੀ ਇਹਨਾਂ ਦੇ ਅੱਗੇ ਅਰਜ਼ੀ ਹੈ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਸੰਗਰੂਰ ਅੱਜ ਇਹ ਕੁੜੀਆਂ ਜੋ ਵੱਡੇ ਪੱਧਰ 'ਤੇ ਇੱਥੇ DC ਦੇ ਦਫ਼ਤਰ ਆਈਆਂ ਜਿਨ੍ਹਾਂ ਦੀ ਗਿਣਤੀ ਸੈਂਕੜਿਆਂ 'ਚ ਹੈ ਉਹ ਇਸ ਕਰਕੇ ਆਈਆਂ ਕਿਉਂਕਿ ਪ੍ਰਾਈਵੇਟ ਕੰਪਨੀਆਂ ਲੋਕਡਾਊਨ ਦੇ ਬਾਵਜੂਦ ਇਹਨਾਂ ਦੇ ਘਰੇ ਗੇੜੇ ਮਾਰ ਕੇ ਕਿਸ਼ਤਾਂ ਲਈ ਇਹਨਾਂ ਨੂੰ ਤੰਗ ਕਰ ਰਹੀਆਂ ਔਰ ਮੈਂ ਅਸੀਂ ਅੱਜ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਮੰਗ ਕਰਦੇ ਹਾਂ ਇਹਦੀ ਅਗਵਾਈ ਭਾਰਤੀ ਕਮਿਊਨਿਸਟ ਪਾਰਟੀ ਨੇ ਕੀਤੀ ਹੈ ਉਹਦੇ ਤੌਰ 'ਤੇ ਅਸੀਂ 2 ਗੱਲਾਂ 3 ਮੁੱਖ ਤੌਰ 'ਤੇ ਮੰਗਣਾ ਹੈ ਜੇ 12 ਲੱਖ ਕਰੋੜ ਰੁਪਈਆ ਬੜੇ ਕਾਰਪੋਰੇਟ ਸੈਕਟਰ ਵਾਲਿਆਂ ਦਾ ਮਾਫ਼ ਕੀਤਾ ਜਾ ਸਕਦਾ ਹੈ ਤਾਂ ਇਹਨਾਂ ਦਾ 1,000-2,000 ਕਰੋੜ ਜਿਹੜਾ ਰੁਪਈਆ ਉਹ ਕਿਉਂ ਨਹੀਂ ਮਾਫ਼ ਕੀਤਾ ਜਾ ਸਕਦਾ ਨੰਬਰ 2 ਇਹਨਾਂ ਦੀਆਂ ਕਿਸ਼ਤਾਂ ਜਿਹੜੀਆਂ ਲਾਕਡਾਊਨ ਦੀ ਹਾਲਤ ਦੇ ਵਿੱਚ ਜਦੋਂ ਕੋਈ ਪੈਸਾ ਇਹਨਾਂ ਦੇ ਪੱਲੇ ਨਹੀਂ ਉਦੋਂ ਜਿੰਨਾ ਚਿਰ ਬਿਮਾਰੀ ਚੱਲਦੀ ਹੈ ਉਨਾ ਚਿਰ ਇਹਨਾਂ ਨੂੰ ਬਿਲਕੁਲ ਨਾ ਬੁਲਾਇਆ ਜਾਏ ਉਹ ਤੋਂ ਅੱਗੇ ਹਰ ਬੰਦੇ ਦੇ ਖਾਤੇ 'ਚ ਅਪ-ਟੂ-ਕਰੋਨਾ ਬਿਮਾਰੀ ਜਿਹਨੂੰ ਸਰਕਾਰ ਵਧਾ ਚੜ੍ਹਾ ਕੇ ਪੇਸ਼ ਕਰ ਰਹੀ ਆ 10,000 ਰੁਪਈਆ ਹਰੇਕ ਮਜ਼ਦੂਰ ਦੇ ਖਾਤੇ 'ਚ ਪਾਇਆ ਜਾਏ ਮਨਰੇਗਾ ਨੂੰ ਕੰਮ ਦੇ ਕੇ ਪਿੰਡਾਂ ਦੇ ਲੋਕਾਂ ਨੂੰ ਰੋਟੀ ਜੋਗਰਾ ਬਣਾਇਆ ਜਾਏ ਨਾਲ ਹੀ ਜਿਹੜੇ ਨੀਲੇ ਕਾਰਡ ਕੱਟੇ ਗਏ ਆ ਉਹ ਨੀਲੇ ਕਾਰਡ ਜਿਹੜੇ ਲੋਕਾਂ ਦੇ ਕੱਟੇ ਗਏ ਆ ਉਹਨਾਂ ਨੂੰ 6 ਮਹੀਨੇ ਦੀ ਕਣਕ ਦੇ ਕੇ ਉਹਨਾਂ ਦੇ ਰੋਟੀ ਦਾ ਗੁਜ਼ਾਰਾ ਕੀਤਾ ਜਾਏ ਅਜਿਹੀ ਹਾਲਤ ਵਿੱਚ ਇਹ ਲੋਕ ਇੱਥੇ ਆਏ ਆ ਕਰਕ ਦੀ ਧੁੱਪ ਹੈ ਇਹ ਕੁੜੀਆਂ ਜਿਹੜੀਆਂ ਆਮ ਤੌਰ 'ਤੇ ਗਰਮੀ 'ਚ ਘੱਟ ਨਿਕਲਦੀਆਂ ਪਰ ਆਪਣਾ ਦੁੱਖੜਾ ਲੈ ਕੇ
इस डीसी को आईए। अगर इस डीसी ने इन्हों इंसाफ ना दिता तो मजबूरी होगी होर छत एक्शन कट करना, क्योंकि एक प्रेस बयान से जो सैकड़े का कट हो सकता जो CPI ने इस ऑर्गेनाइजेशन हेठा तो लैके तोरिया तो फिर मैं समझदा कट साढ़े बीतों बहर होएगा ना, फिर कोई डिस्टेंसी होएगी ना शहर च कोई यहोजा थान होएगा जिथे औरतां नज़र नहीं आउणगियां। इस करके असीं अज इस DC तो मंग करना आए हैं कि फौरी तौर पर किश्तां बंद करो, करजे माफ़ करो, 10,000 रुपया किरतियां के खाते च पाओ। इस आस नाल मैं तुहाडा धन्नवाद करदा।